ਸਤਿ ਸ਼੍ਰੀ ਅਕਾਲ ਜੀ, ਐਗਰਿਕ ਬਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਆਪਾਂ ਗੁਲਾਬੀ ਸੁੰਡੀ ਬਾਰੇ ਥੋੜ੍ਹੀ ਜਿਹੀ ਗੱਲ ਕਰਦੇ ਹਾਂਗੇ। ਗੁਲਾਬੀ ਸੁੰਡੀ ਤਾਂ ਬਹੁਤ ਜ਼ਿਆਦਾ ਕਿਸਾਨਾਂ 'ਚ ਡਰ ਬੈਠਿਆ ਹੋਇਆ ਹੈਗਾ ਵੀ ਇਸ ਵਾਰੀ ਨਰਮਾ ਲਾਈਏ ਜਾਂ ਨਾ ਲਾਈਏ। ਪਰ ਕੁਛ ਆਪਣੇ ਬਠਿੰਡਾ ਮਾਨਸਾ ਦਾ ਇਹੋ ਜਿਹਾ ਏਰੀਆ ਹੈਗਾ ਜਿੱਥੇ ਮਜਬੂਰੀ ਹੈਗੀ ਵੀ ਨਰਮਾ ਲਾਉਣਾ, ਕਿਉਂਕਿ ਕੋਈ ਵਾਹਣ 'ਚ ਪਾਣੀ ਦੀ ਕਿੱਲਤ ਆ ਜਾਂ ਕੋਈ ਵਾਹਣ ਉੱਚੇ ਨੀਵੇਂ ਹੈਗੇ ਤਾਂ ਉੱਥੇ ਮਜਬੂਰੀ ਹੈਗੀ ਲਾਉਣਾ। ਪਰ ਇਹੋ ਜਿਹੀ ਕੋਈ ਡਰ ਵਾਲੀ ਗੱਲ ਨਹੀਂ ਵੀ ਨਰਮਾ ਆਪਣੇ ਬਿਲਕੁਲ ਹੀ ਨਹੀਂ ਹੋਣਾ। ਉਹ 'ਚ ਕੀ ਆਪਾਂ ਨੂੰ ਥੋੜ੍ਹਾ ਧਿਆਨ ਰੱਖਣਾ ਪਊ ਵੀ ਆਪਾਂ ਐਵੇਂ ਨਹੀਂ ਡੀਕਣਾ ਹੈਗਾ ਵੀ ਜਦੋਂ ਸੁੰਡੀ ਆਊਗੀ ਆਪਾਂ ਉਦੋਂ ਸਪਰੇਅ ਕਰਾਂਗੇ। ਇਹ 'ਚ ਆਪਾਂ ਨੂੰ ਥੋੜ੍ਹਾ ਟਾਈਮ ਇੱਥਣਾ ਪੈਣਾ ਵੀ ਕਦੋਂ ਸਪਰੇਅ ਸਟਾਰਟ ਕਰਨੀ ਹੈਗੀ। ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ, ਆਪਾਂ ਸਪਰੇਆਂ ਦੇ ਵਿੱਚ ਜਿਹੜੀ ਹੈਗੀ ਆ ਸਟਾਰਟਿੰਗ ਸਪਰੇਅ ਆ ਜਿਹੜੀ ਉਹ ਪ੍ਰੋਫੈਨੋਸਾਈਪਰ ਤੋਂ ਕਰ ਸਕਦੇ ਹਾਂਗੇ। ਕੋਈ ਜ਼ਰੂਰੀ ਨਹੀਂ, ਜਿਹੜੀਆਂ ਮੈਂ ਫੋਟੋਜ਼ ਦਿਖਾ ਰਿਹਾ ਹੈਗਾ ਇਹਦੇ ਵਿੱਚ ਵੀ ਆਪਾਂ ਇਹੀ ਕਰ ਰਹੇ ਹਾਂ। ਹੋਰ ਵੀ ਕੰਪਨੀਆਂ ਦੀਆਂ ਆਉਂਦੀਆਂ ਨੇ ਜਿਹੜੇ ਦਵਾਈਆਂ ਹੈਗੀਆਂ ਨੇ, ਆਪਾਂ ਉਹ ਲੈ ਸਕਦੇ ਹਾਂ ਆਪਦੇ ਹਿਸਾਬ ਨਾਲ। ਪ੍ਰੋਫੈਨੋਸਾਈਪਰ ਆਪਾਂ ਜਿਹੜੀ ਪਹਿਲੀ ਸਪਰੇਅ ਹੈਗੀ 50 ਦਿਨ ਦੇ ਆਸ ਪਾਸ ਆਪਾਂ ਨੂੰ ਸਟਾਰਟ ਕਰਨੀ ਪਊਗੀ, ਕਿਉਂਕਿ ਇੱਥੇ ਆ ਕੇ ਆਪਣੀ ਫਲਾਵਰਿੰਗ ਸਟਾਰਟ ਹੋ ਜਾਂਦੀ ਹੈਗੀ। ਅਤੇ ਜਦੋਂ ਫਲਾਵਰਿੰਗ ਸਟਾਰਟ ਹੋ ਗਈ ਤਾਂ ਭਵੱਕਣ ਨੇ ਆਂਡੇ ਦੇਣੇ ਸਟਾਰਟ ਕਰ ਦੇਣੇ ਹੈਗੇ। ਤਾਂ ਉਸ ਤੋਂ ਬਾਅਦ ਆਪਾਂ ਨੂੰ ਜੇ ਆਪਾਂ ਲੇਟ ਕਰਾਂਗੇ ਇੱਥੋਂ ਸਪਰੇਅ ਤਾਂ ਫੁੱਲਾਂ ਦੇ ਵਿੱਚ ਆਂਡੇ ਆ ਜਾਣੇ ਅਤੇ ਫੁੱਲ ਬੰਦ ਹੋ ਜਾਣੇ ਆ, ਬਾਅਦ 'ਚ ਆਪਣੀ ਸਪਰੇਅ ਕੀਤੀ ਦਾ ਕੋਈ ਫਾਇਦਾ ਨਹੀਂ ਹੋਣਾ। ਤਾਂ ਪਹਿਲੀ ਸਪਰੇਅ ਆਪਾਂ ਪ੍ਰੋਫੈਨੋਸਾਈਪਰ ਦੀ ਕਰਨੀ ਹੈਗੀ। ਇਕੱਲੀ ਪ੍ਰੋਫੈਨੋਫੋਸ ਜਾਂ ਸਾਈਪਰਮੈਥ੍ਰਿਨ ਆਪਾਂ ਅਲੱਗ ਵੀ ਕਰ ਸਕਦੇ ਹਾਂਗੇ। ਅਤੇ ਦੂਜੀ ਸਪਰੇਅ ਆਪਾਂ ਸਾਈਪਰਮੈਥ੍ਰਿਨ ਦੀ ਕਰਾਂਗੇ। ਸਾਈਪਰਮੈਥ੍ਰਿਨ ਦੀ ਸਪਰੇਅ ਆਪਾਂ ਪਹਿਲੀ ਸਪਰੇਅ ਤੋਂ 15 ਦਿਨ ਦਾ ਗੈਪ ਪਾ ਕੇ ਕਰਨੀ ਹੈਗੀ। ਤਾਂ ਅਗਲੀ ਸਪਰੇਅ ਆ ਜਿਹੜੀ ਆਪਾਂ ਉਹ ਡੈਲਟਾ ਮੈਥ੍ਰਿਨ ਦੀ ਕਰ ਸਕਦੇ ਹਾਂ, ਕਿਉਂਕਿ ਸਿੰਥੈਟਿਕ ਦੇ ਵਿੱਚ ਆਪਾਂ ਅਗਲੇ ਗਰੁੱਪ ਯੂਜ਼ ਕਰ ਸਕਦੇ ਹਾਂਗੇ। ਇਹ ਆਪਾਂ ਗੈਪ ਆ ਜਿਹੜਾ ਇੱਕ ਤੋਂ ਦੂਜੀ ਸਪਰੇਅ ਦਾ ਇਹ ਘੱਟੋ ਘੱਟ 15 ਦਿਨ ਦਾ ਰੱਖਣਾ ਗਾ, ਜ਼ਿਆਦਾ ਗੈਪ ਵੀ ਨਹੀਂ ਪਾਉਣਾ ਹੈਗਾ, 15 ਤੋਂ 20 ਦਿਨ ਮੈਕਸੀਮਮ ਹੈਗੇ ਹੈਗੇ। ਤਾਂ ਇਹ ਲਗਾਤਾਰ ਆਪਾਂ ਨੂੰ ਸਪਰੇਅ ਇਹ ਕਰਨੀਆਂ ਪੈਣੀਆਂ, ਪਰ ਇਹਨਾਂ ਦੇ ਨਾਲ ਕੰਟਰੋਲ 'ਚ ਰਹੂਗਾ, ਕਿਉਂਕਿ ਜੇ ਆਪਾਂ ਰੈਗੂਲਰ ਇੰਟਰਵਲ 'ਤੇ ਆਪਾਂ ਇਹ ਸਪਰੇਅ ਕਰਦੇ ਰਹਾਂਗੇ ਤਾਂ ਆਂਡੇ ਅਤੇ ਬੱਚੇ ਆਪਾਂ ਨਾਲ ਦੀ ਨਾਲ ਮਰਦੇ ਰਹਿਣਗੇ। ਪਰ ਜੇ ਆਪਾਂ ਵਿੱਚ ਗੈਪ ਪਾ ਗਏ ਅਤੇ ਫੁੱਲ ਬੰਦ ਹੋ ਗਏ ਤਾਂ ਬਾਅਦ 'ਚ ਟਿੰਡੇ ਦੇ ਵਿੱਚ ਸੁੰਡੀ ਮਾਰਨੀ ਔਖੀ ਹੋ ਜਾਂਦੀ ਹੈਗੀ। ਤਾਂ ਇਹ ਸਪਰੇਆਂ ਨੇ ਜਿਹੜੀਆਂ ਆਪਾਂ ਅਲਟਰਨੇਟਿਵਲੀ ਯੂਜ਼ ਕਰਨੀਆਂ ਨੇ, ਇੱਕ ਸਪਰੇਅ ਦਾ ਲਗਾਤਾਰ ਯੂਜ਼ ਨਹੀਂ ਕਰਨਾ ਹੈਗਾ। ਜਿਵੇਂ ਤੁਹਾਨੂੰ ਦੱਸਿਆ ਪ੍ਰੋਫੈਨੋਫੋਸ ਹੋ ਗਈ, ਸਾਈਪਰਮੈਥ੍ਰਿਨ ਹੋ ਗਈ, ਡੈਲਟਾ ਮੈਥ੍ਰਿਨ ਹੋ ਗਈ, ਜਾਂ ਪ੍ਰੋਫੈਨੋਸਾਈਪਰ ਇਕੱਠਾ ਆਉਂਦਾ ਹੈਗਾ 404 ਦੇ ਨਾਮ 'ਤੇ, 404 ਕਹਿ ਦਿੰਦੇ ਹੈਗੇ ਉਹ 'ਚ ਆਪਾਂ, ਤਾਂ ਉਹ ਆਪਾਂ ਯੂਜ਼ ਕਰ ਸਕਦੇ ਹਾਂ, ਇਹਨਾਂ ਦੇ ਕੰਬੀਨੇਸ਼ਨ ਆਉਂਦੇ ਹੈਗੇ। ਇਹ ਸਪਰੇਆਂ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੈਗੀਆਂ, ਪਰ ਜੇ ਆਪਾਂ ਇਹਨਾਂ ਨੂੰ ਸਹੀ ਟਾਈਮ 'ਤੇ ਅਤੇ ਸਹੀ ਤਰੀਕੇ ਨਾਲ ਵਰਤਾਂਗੇ ਤਾਂ ਆਪਣਾ ਗੁਲਾਬੀ ਸੁੰਡੀ ਦਾ ਹੱਲੇ ਬੜੇ ਸਹੀ ਤਰੀਕੇ ਨਾਲ ਕਰ ਸਕਦੀਆਂ ਨੇ। ਤਾਂ ਥੋੜ੍ਹਾ ਜਿਹਾ ਨਾਲ ਨਾਲ ਆਪਾਂ ਨੂੰ ਚਿੱਟਾ ਮੱਛਰ ਅਤੇ ਹਰੇ ਤੇਲੇ ਦਾ ਵੀ ਧਿਆਨ ਰੱਖਣਾ ਪਊਗਾ, ਕਿਉਂਕਿ ਆਪਾਂ ਗੁਲਾਬੀ ਸੁੰਡੀ ਦੇ ਚੱਕਰ 'ਚ ਕਿਤੇ ਉੱਧਰੋਂ ਨਾ ਜ਼ਿਆਦਾ ਨੁਕਸਾਨ ਕਰਵਾ ਲਈਏ। ਤਾਂ ਉਹਦੇ ਵੀ ਆਪਾਂ ਮੈਨੇਜਮੈਂਟ ਵਾਸਤੇ ਅਗਲੀਆਂ ਵੀਡੀਓਜ਼ ਬਣਾਵਾਂਗੇ, ਤਾਂ ਉਹ ਵੀ ਤੁਸੀਂ ਜ਼ਰੂਰ ਦੇਖਣਾ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਸ਼ੇਅਰ ਕਰਨਾ ਅਤੇ ਐਗਰਿਕ ਬਲੌਗਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ ਜੀ।